कल जिहड़ी दिल्ली दे विच केजरीवाल साहब ने पंजाब दे अफसरां दे नाल मीटिंग कीती है, उन्हें सारयां दीआं अक्खां खोल दित्तियां कि जिहड़ा असीं कहिंदे सी रिमोट कंट्रोल दे नाल सरकार चलेगी, इह काम तुहाडे सामने होना शुरू हो गया और सूबे वास्ते बहुत खतरनाक है। और मैं भगवंत मान जी नूं पुछणा कि तुसीं पंजाब दे हक जिहड़े आ ਉਹ ਕੇਜਰੀਵਾਲ ਸਾਹਿਬ ਦੇ ਸਾਹਮਣੇ ਜਿਹੜੇ ਆ ਉਹ ਗਹਿਣੇ ਕਿਉਂ ਰੱਖ ਦਿੱਤੇ? ਤੁਸੀਂ ਕੋਈ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਬਤੌਰ ਲੀਡਰ, ਜਾਓ ਉਹਨਾਂ ਨਾਲ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ। ਤੁਹਾਡੇ MLA ਜਾਣ, ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਤੁਹਾਡਾ ਚੀਫ ਸੈਕਟਰੀ, ਤੁਹਾਡੇ ਚੇਅਰਮੈਨ, ਤੁਹਾਡੇ ਅਫਸਰ ਉੱਤੇ ਜਾ ਕੇ ਮੀਟਿੰਗਾਂ ਕਰਨ। ਕੱਲ੍ਹ ਨੂੰ ਪੰਜਾਬ ਦੇ ਜਿਹੜੇ ਹਿੱਤ ਹੈ ਉਹ ਦਿੱਲੀ ਦੇ ਨਾਲ ਕਈ ਗੱਲਾਂ 'ਤੇ ਟਕਰਾਉਂਦੇ ਆ। SYL ਦਾ ਮੁੱਦਾ ਵੀ ਆਏਗਾ, ਕਿਸਾਨਾਂ ਦਾ ਪਰਾਲੀ ਦਾ ਮੁੱਦਾ ਵੀ ਆਏਗਾ, ਹੋਰ ਮੁੱਦੇ ਵੀ ਆਉਣਗੇ। ਅਤੇ ਸਾਡੇ ਅਫਸਰ ਉਹ ਐਫੀਡੈਵਿਟ ਉੱਤੇ ਫਾਈਲ ਕਰਨਗੇ ਜੋ ਕੇਜਰੀਵਾਲ ਤੈਅ ਕਰਿਆ ਕਰੇ। ਬੜੀ ਹੈਰਾਨੀ ਹੈ, ਭਗਵੰਤ ਮਾਨ ਜੀ ਨੂੰ ਸਥਿਤੀ ਇਹ ਸਪਸ਼ਟ ਕਰਨੀ ਚਾਹੀਦੀ। ਤੁਸੀਂ ਦਿੱਲੀ 'ਚ ਘੁੰਮ ਰਹੇ ਹੋ, ਤੁਹਾਡੇ ਗਵਰਨਰ ਸਾਹਿਬ ਸਰਹੱਦੀ ਸੂਬਿਆਂ ਦਾ ਟੂਰ ਕਰ ਰਹੇ, ਕੀ ਸੂਬੇ ਦੇ ਵਿੱਚ ਸੰਵਿਧਾਨਕ ਕੋਈ ਸੰਕਟ ਖੜ੍ਹਾ ਹੋ ਗਿਆ? ਜਿਹੜੀ ਸੰਵਿਧਾਨਕ ਮਸ਼ੀਨਰੀ ਆ ਫੇਲ ਹੋ ਗਈ? ਕਿਉਂ ਜਾਣਾ ਪੈ ਰਿਹਾ ਗਵਰਨਰ ਸਾਹਿਬ? ਇਹ ਅੱਖਾਂ ਜਿਹੜੀਆਂ ਭਗਵੰਤ ਮਾਨ ਜੀ ਨੂੰ ਖੋਲ੍ਹ ਕੇ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਪਏਗਾ। ਇਸ ਤਰ੍ਹਾਂ ਸੂਬੇ ਦਾ ਕੰਮ ਜਿਹੜਾ ਉਹ ਨਹੀਂ ਚੱਲ ਸਕਦਾ। ਇਸ ਕਰਕੇ ਮੈਂ ਆਸ ਕਰਦਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇਣ।